ਭਲਾ ਕਿੰਨਾ ਟਾਈਮ ਹੋ ਗਿਆ? ਮੈਂ ਤਾਂ ਆਪਣੀ ਵਾਰੀ ਦੀ ਰੋਟੀ ਬਣਾਤੀ, ਹੁਣ ਤੁਸੀਂ ਟਾਈਮ ਤੇ ਬਣਾ ਲਿਓ। ਅੱਜ ਦੋਨੇ ਭਾਬੀਆਂ ਸੁੱਤੀਆਂ ਪਈਆਂ ਨੇ, ਉਹ ਰੋਟੀ ਪਾਣੀ ਬਣਾਉਣ ਦੀ ਸਲਾਹ ਹੈਗੀ ਹੈ ਕਿ ਨਹੀਂ? ਉੱਠ ਕੇ ਨਾ ਕੰਮ ਕਰ ਲਓ। ਹੱਦ ਦਾ ਮਨਪ੍ਰੀਤ, ਜੇ ਰੋਜੀ ਦੀਦੀ ਸੌ ਗਏ ਇਹਦਾ ਮਤਲਬ ਉਹ ਬਿਮਾਰ ਨੇ। ਚੱਲ ਵਧੀਆ, ਵੈਸੇ ਤੂੰ ਰੋਜੀ ਭਾਬੀ ਦਾ ਕਰਦੀ ਬਹੁਤ ਆ, ਹਨਾ? ਮਾਂ ਵਾਂਗੂ ਤਾਂ ਨਹੀਂ ਕਹਿ ਸਕਦੀ, ਪਰ ਸੱਸ ਵਾਂਗੂ ਜ਼ਰੂਰ ਪਿਆਰ ਕਰਦੇ ਆ। ਜਾਣਾ ਹੀ ਪੈਣਾ ਮੈਨੂੰ। ਤੈ ਸਪੈਸ਼ਲ ਇਸੇ ਕਰਕੇ ਗੇੜਾ ਲਾਇਆ? ਹੋਰ ਕੀ ਮੰਮੀ, ਘਰ ਦੇ ਹਾਲਾਤ ਦੇਖ ਕੇ ਨਾ ਮੇਰੇ ਤੋਂ ਨਹੀਂ ਰਿਹਾ ਗਿਆ। ਇਹ ਤਾਂ ਮੈਨੂੰ ਹੀ ਪਤਾ ਕਿ ਮੈਂ ਰਾਤ ਕਿੱਦਾਂ ਕੱਢੀ ਆ। ਬਸ ਪੁੱਤ, ਸਭ ਕਰਮਾਂ ਦੀਆਂ ਗੱਲਾਂ ਨੇ, ਸਾਡੇ ਘਰ ਚ ਪਤਾ ਨੀ ਇਹ ਜੀ ਕਿੱਥੋਂ ਆ ਗਈ। ਉਹ ਬਸ ਮੰਮੀ ਬਸ, ਰੋ ਨਾ। ਉਹ ਕਹਿੰਦੇ ਨੇ ਨਾ, ਉਹ ਦੇਖਣ ਨੂੰ ਤਾਂ ਉੱਪਰੋਂ ਸਾਰੇ ਮਿੱਠੇ ਲੱਗਦੇ ਨੇ, ਪਰ ਅਸਲ ਚ ਤਾਂ ਰੰਗ ਤੇ ਕੜਵਾਹਟ ਵਰਤ ਕੇ ਪਤਾ ਲੱਗਦਾ। ਹੋਰ ਸਾਨੂੰ ਵੀ ਵਰਤ ਕੇ ਹੀ ਪਤਾ ਲੱਗਣਾ ਸੀ, ਜਿੰਨੀ ਚੰਗੀ ਸਮਝ ਸੀ ਨਾ ਉਨੀ ਮਾੜੀ ਨਿਕਲੀ। ਸਾਰੇ ਕਹਿੰਦੇ ਸੀ ਵੀ ਤੇਰੀ ਛੋਟੀ ਨੂੰ ਬਾਲੀਓ ਭੋਲੀ ਆ, ਪਰ ਇਹ ਭੋਲੀ ਆ, ਇਹ ਉਹ ਪੂਰੀ ਚੌਸਤਾ। ਅੱਜ ਤੱਕ ਘਰ ਚ ਜਿਹੜੀਆਂ ਗੱਲਾਂ ਨਹੀਂ ਹੋਈਆਂ ਸੀ ਨਾ, ਇਹਦੇ ਆਉਣ ਤੇ ਹੋਣ ਲੱਗ ਗਈਆਂ। ਮੰਮੀ ਇੱਕ ਗੱਲ ਪੁੱਛਾਂ? ਉਹ ਪੁੱਛ ਲੈ, ਪੁੱਛਣ ਪਛਾਣ ਨੂੰ ਰਹਿ ਕੀ ਗਿਆ, ਸਾਰਾ ਕੁਛ ਤਾਂ ਤੈਨੂੰ ਦਿੰਦਾ ਹੀ ਆ। ਭਲਾ ਇਹਨੂੰ ਦੇਵ ਵੀਰੇ ਦੀ ਇਨਕਮ ਬਾਰੇ ਤਾਂ ਨੀ ਪਤਾ ਵੀ ਘਰ ਚ ਕਿੰਨੇ ਪੈਸੇ ਆਂਦੇ ਆ? ਮੇਰੇ ਖਿਆਲ ਨਾਲ ਇਹਨੂੰ ਪਤਾ ਨੀ, ਪਰ ਤੈਂ ਕਿਉਂ ਪੁੱਛਿਆ? ਉਹ ਮੈਂ ਤਾਂ ਕਿਹਾ, ਇਹ ਆਈ ਆ ਛੋਟੇ ਘਰੋਂ, ਕੀ ਪਤਾ ਕਿਹੜੇ ਵੇਲੇ ਦੀ ਨੀਤ ਫਿੱਟ ਜਾਵੇ। ਵੀਰੇ ਦੀ ਇਨਕਮ ਬਾਰੇ ਨਾ ਦੱਸੀ। ਉਹ ਨਹੀਂ ਨਹੀਂ, ਮੈਂ ਤਾਂ ਚਾਹੁੰਦੀ ਸੀ ਵੀ ਮੈਂ ਇਹਨੂੰ ਸਾਰਾ ਕੁਛ ਦੱਸਾਂ, ਪਰ ਹੁਣ ਨੀ ਇਹਨੂੰ ਭੇਜ ਦਿੰਦੀ। ਆਹ ਤਾਂ ਮੰਮੀ ਤੁਸੀਂ ਬਹੁਤ ਵਧੀਆ ਕੀਤਾ, ਇਹਨੂੰ ਦੱਸੀ ਵੀ ਨਾ, ਨਹੀਂ ਤਾਂ ਇਹਨੂੰ ਇੱਕ ਗੱਲ ਹੋਰ ਮਿਲ ਜਾਣੀ ਕਰਨ ਵਾਸਤੇ। ਉਹ ਗੱਲ ਤਾਂ ਇੱਕ ਪਾਸੇ ਰਹਿ ਗਈ, ਇਹ ਤਾਂ ਘਰੇ ਤੋੜਨ ਨੂੰ ਫਿਰਦੀ ਆ ਨਾ। ਦੇਵ ਵਿਆਹ ਤੋਂ ਪਹਿਲਾਂ ਕਿੰਨਾ ਕੁ ਹਿਸਾਬ ਮੰਗਦਾ ਹੁੰਦਾ ਸੀ, ਹੁਣ ਹਲੇ 15-20 ਦਿਨ ਨੀ ਹੋਏ ਵਿਆਹ ਹੋਏ ਨੂੰ, ਤੇ ਦੇਵ ਪੂਰਾ ਹਿਸਾਬ ਕਿਤਾਬ ਮੰਗਦਾ ਜਿਹੜੇ ਪੈਸੇ ਫੜਾਉਂਦਾ। ਅੱਛਾ ਮੰਮੀ, ਤੁਸੀਂ ਵੱਡੇ ਵੀਰੇ ਕੋਲ ਤਾਂ ਨੀ ਗੱਲ ਕੀਤੀ ਵੀ ਘਰ ਚ ਕੀ ਕੁਛ ਹੋ ਰਿਹਾ ਤੇ ਦੇਵ ਵੀਰਾ ਕੀ ਕਰਦਾ ਪਿਆ? ਨਾ, ਤੂੰ ਕਮਲੀ ਹੋ ਗਈ, ਤੇਰੇ ਵੱਡੇ ਵੀਰੇ ਕੋਲ ਤਾਂ ਮੈਂ ਭੁੱਲ ਕੇ ਵੀ ਨੀ ਗੱਲ ਕਰਨੀ। ਪ੍ਰਦੇਸਾਂ ਚ ਬੈਠੇ ਮੁੰਡੇ ਨੂੰ ਮੈਂ ਟੈਨਸ਼ਨ ਨੀ ਪਾਉਣੀ, ਇੱਕ ਕਮਾਈ ਕਰਕੇ ਘਰ ਤੋਂ ਦੂਰ ਬੈਠਾ, ਉਹ ਵੀ ਇਕੱਲਾ। ਇਹ ਤਾਂ ਮੰਮੀ ਤੁਸੀਂ ਬਹੁਤ ਸਹੀ ਕੀਤਾ ਕਿ ਵੀਰਾ ਨੂੰ ਦੱਸਿਆ ਨੀ, ਐਵੇਂ ਵੀਰਾ ਟੈਨਸ਼ਨ ਲਊਗਾ। ਕੋਈ ਨਾ, ਆਪਾਂ ਦੋਵੇਂ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਾਂਗੇ? ਅਸਲ ਚ ਦੇਵੇ ਲਾਈ ਲੱਗ ਬਣਿਆ ਹੋਇਆ, ਜਿਹੜਾ ਅੱਜ ਤੱਕ ਮੇਰੇ ਮੂਹਰੇ ਬੋਲਿਆ ਨੀ ਸੀ। ਪਤਾ ਨੀ ਇਹਨੇ ਕੀ ਪੱਟੀ ਪੜਾਈ ਹੋਈ ਆ, ਜਿਹੜਾ ਮੇਰੇ ਨਾਲ ਅੱਜ ਵੱਧੋ ਵੱਧ ਲੜਿਆ। ਮੰਮੀ ਚੁੱਪ ਕਰ ਜਾਓ, ਰੋ ਨਾ, ਜਿਹੜਾ ਕੁਛ ਹੋ ਗਿਆ ਹੋ ਗਿਆ, ਪਰ ਮੈਂ ਹੁਣ ਦੁਬਾਰਾ ਨੀ ਆਉਣ ਦਿੰਦੀ। ਤੇਰਾ ਭਲਾ ਹੋ, ਬਸ ਤੂੰ ਮੇਰਾ ਘਰ ਠੀਕ ਕਰ ਦੇ। ਪਰ ਤੂੰ ਕਰੇਂਗੀ ਕੀ, ਮੈਨੂੰ ਤਾਂ ਦੱਸ ਦੇ। ਕੋਈ ਨੀ ਮੰਮੀ, ਦੱਸਦੀ ਆ। ਭਾਬੀ ਨੂੰ ਤੁਸੀਂ ਆਪਣੇ ਹਿਸਾਬ ਨਾਲ ਹੈਂਡਲ ਕਰੋ ਤੇ ਮੈਂ ਨਣਦ ਦੇ ਹਿਸਾਬ ਨਾਲ ਹੈਂਡਲ ਕਰੂੰ। ਬਸ ਤੁਸੀਂ ਮੈਨੂੰ ਹੁਣ ਇਹ ਦੱਸੋ ਵੀ ਭਾਬੀ ਹੈ ਕਿੱਥੇ? ਉਹਨੇ ਕਿੱਥੇ ਹੋਣਾ? ਉਹ ਆਪਣੇ ਕਮਰੇ 'ਚ ਹੋਣੀ ਆ। ਕਮਰੇ 'ਚ ਬੈਠੀ ਆ? ਹੁਣ ਟਾਈਮ ਆ ਗਿਆ ਖੁੱਡ 'ਚੋਂ ਬਾਹਰ ਕੱਢਣ ਦਾ, ਮੈਂ ਮਾੜਾ ਜਿਹਾ ਪਤਾ ਲੈ ਕੇ ਆਈ। ਕਿਤੇ ਵੱਧਦਾ ਹੀ ਨਾ ਵੱਧ ਜਾਵੇ। ਇਹ ਤਾਂ ਮੈਂ ਚੈੱਕ ਕਰਦੀ ਸੀ ਤੁਹਾਡੇ ਕੰਨ ਠੀਕ ਨੇ ਕਿ ਨਹੀਂ, ਕਿਉਂਕਿ ਮੈਂ ਤੁਹਾਡੇ ਨਾਲ ਨਾ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ, ਤੇ ਉਸ ਗੱਲ ਤੇ ਤੁਹਾਡਾ ਧਿਆਨ ਦੇਣਾ ਬਹੁਤ ਜ਼ਰੂਰੀ ਆ। ਜੇ ਮੈਂ ਦਰਵਾਜ਼ਾ ਭੰਨਿਆ ਤਾਂ ਇਹਦਾ ਮਤਲਬ ਤੁਹਾਨੂੰ ਸੁਣ ਗਿਆ, ਤੇ ਜੇ ਮੈਂ ਹੁਣ ਕਹਿਣ ਲੱਗੀ ਹਾਂ ਉਹ ਵੀ ਧਿਆਨ ਨਾਲ ਸੁਣੀ।
ना भाभी तेनू की लगता जे मैं इस घर चो चली गई तो इस घर च की हो रहा मेनू कुछ नहीं पता लगो ता यह तेरी गलत फहमी आ मनप्रीत की मनप्रीत मेनू सारा ही पता तू की कुछ किता दोवां भरावां नू आपस च लड़ाउण लई की बोली जानी है तू तेनू पता भी आ तू की कह रही आ मेनू चंगी तरह पता मैं की कह रही हां ते की कर रही हां आ ज्यादा भोली बनन दी ना लोड़ नहीं तू जो कुछ भी किता ना बहुत गलत किता असल च गलती तेरी नहीं साडी आ काश असी ओ रिश्ता लै लैंदे जेड़ा रोजी भाभी लियाई सी मनप्रीत तू ए किवें कहता मैं मानदी हां मेरे तो गलती होई आ आही ता गल आ तू गलती मानदी भी हां ते फिर दोबारा ओही गलती कर दी हां लगता भुल गई पिछली बार भी तू यही कुछ किया भाभी सुधर जा हजे भी टाइम हैगा असि सारा टब्बर कठे हां ते तू कली ने लग रहा फड़िया होया लगता तेनू कठ की पावर का पता नहीं मनप्रीत एक मिनट शांत हो तू मेरी गल तो सुन अज नहीं मैं सुनना अज सुन तू देख भाभी आ हाथ ते आ एदियां हैगियां ने उंगलां ते जदे जुड़दियां ने ना ता एक मुट्ठी बन जांदियां ने ते आ मुट्ठी जिन्ना जोर ना किसे चीज च नहीं की गल समझ नहीं आई मैं समझानी आ देख आ हैगी मुट्ठी ते आ हैगी उंगल आ उंगल आ मुट्ठी दा मुकाबला भी नहीं कर सकदी मुकाबला दा दूर बराबरी करन बारे भी नहीं सोच सकदी ना तो मेरे दिल दे विच कुछ आ ते ना मेरे दिमाग दे विच कुछ आ ओ इह मेरा भी तो परिवार आ मैं इहदे बारे गलत क्यों सोचूंगी इह तां जिहड़ा कुछ भी होया रोजी भाभी कर बस कर अपनी गलती दूजे ते थोपण दी कोशिश ना कर एक बार तेरी गल्लां च आ गई बार बार नहीं आओ नाले ध्यान रखी अज तो मेरी नजर तेरे ते आ कोई गलती ना करी परे हट आ तो बहुत गलत हो गया मैं अपने रिश्ते आप ही खराब कर ले पहला मम्मी ते हुण मनप्रीत ओ भी मेरे खिलाफ हो गई सारा कुछ उल्ट पुलट हो गया मिंदो की होया मिंदो सब ठीक ता है कोई परेशानी ता नहीं ठीक मनप्रीत आई सी मेरे कोले बहुत गुस्से दे विच सी ते उन्हें मैनू ओहो गल्लां कहियां जेड़ियां मैं कदे सोच भी नहीं सी सकदी अच्छा चल कोई ना तू फिकर ना कर मैं ओदे नाल गल कर दियां नहीं दीदी तुसी कोई गल नहीं करनी मैं अपनी इमेज आप खराब कीती आ तेनू मैं ठीक भी आप ही करूंगी थोड़े मेरे विच ता जेड़ी भी गलत फहमी सी ओ सारी दूर होगी जिस दिन दीदी जाने थोड़ी सच्ची में तबीयत खराब सी पर मैनू लग्या कि हमेशा की तरह तुसी फिर ड्रामा करदे पए हो हुण मैं की करा दीदी शुक्र है दीदी तुसी होश च आ गए मैं तो हमेशा इस तरह यही समझी जा रही सी भी ये भी कोई थोड़ी चाल आ चाल मिंदो कोई चाल नहीं जो हो गया सो हो गया हुण आपां ने एक नवी शुरुआत करदे आ जिहदे च कोई जिद्दबाजी नहीं होगी दीदी मैं तां तुहानू अनजाणे च गलत समझिया सी पर मनप्रीत ओहदा गल सुणन नू भी तैयार नहीं ये सारी गलती हुई मेरी आ ते मैं अपनी गलती सुधार के हटूं मैं मनप्रीत नाल गल करदी आ नहीं दीदी जे तुसी गलती कीती सी ना तां मैं भी तुहानू गलत साबित करन दे चक्करां च बहुत कुछ गलत कर बैठी ते सारिआं दी निगाह दे विच आप गलत बण गई
मेनू तो यही नहीं समझ चाहती भी मैं इनी वड्डी गलती कर किवें बैठी। पर हुण नहीं, सारयां दे मेरे प्रति जो उम्मीदां ने ना हुण उन्हां नूं मैं जरूर पूरा करूंगी। मैं पहलां दी तरह सारयां दा प्यार लूं ते उन्हां दे दिलां दे विच अपनी जगह बनाऊंगी ते इस काम विच मैं तेरा पूरा साथ दूं। नहीं दीदी, दीदी मैनू गलत ना समझो, ना तो तुसी कुछ करोगे ते ना किसी नूं कुछ कहोगे, जो भी करना होगा मैं आपे करूं। पर मिंदो दीदी तुसी फिकर ना करो, ओ दिन दूर नहीं जद घर दे विच दोबारा मिंदो मिंदो होगी। लगदा अज मीह पऊगा, किन्ना सोहना मौसम होया होया। दीदी क्यों ना पज पकौड़े कढ़ीए। मौसम तो बथेरा वधिया, पर मिंदो जे मैं तलिया होया खा लिया ना मेरा बीपी बढ़ जाना। ना ना ना, आपा थोड़े बीपी नूं कुछ नहीं कहना, ओनू वो जिथे हैगा ना उथे ही रहे, आपा पकौड़े कढ़न नूं ही रहण दिंदे आ। ओ नहीं, जे तेरा जी करदा आपा कढ लैंदे आ पकौड़े, नाले मम्मी भी खा लैणगे। ना भाई, मैं नहीं खाने पकौड़े, मेरे तां अगे जलन होण लग जांदे आ, उत्तों नहीं मेरा सिर भी दुखदा। सिर दुखदा? तुसीं मैनूं पहलां नहीं दस्सिया मम्मी? लिया थोड़ा सिर मैं घुट दिंदी आ। तेरे मूहरे बन्ने हाथ, मैं नहीं दित्तो सिर घटाउणा। पर मम्मी तुसी। दीदी नाले एदे मगर लग के ना तू ना बोल, मेरा सिर घुट दे। हाथ लावण सार ना सिर नूं आराम आ गया जाने। मम्मी मैं तेनूं चाह बना के लिया के दिनी आ, ओदे नाल ना छेती आराम आ जाऊ, नाले फर्क पऊगा। मैनूं लोड़ नहीं तेरी चाह दी, आ उपर उपर करके मैनूं ना दिखा, जे कुछ करना ना इत्थों चली जा। मैनूं लोड़ नहीं तेरी चाह दी, आ उपर उपर करके मैनूं ना दिखा, जे कुछ करना ना इत्थों चली जा, करना ना इत्थों चली जा, इत्थों चली जा। देव बाबू जिहड़ा सीगा ना, ओह दिहाड़ी दीआं दो बोतलां पींदा सी, पता तैनूं? ओह देवदास सीगा। देवदास नूं ही देव बाबू कहंदे हुंदे फिल्म च। बहु देव हुए हैं, इंडस्ट्री में ओही देव रह गया। मैनूं तूं दो पैग दी इजाजत दे, तैनूं मैं देव बाबू तों वधिया बाबू बण के दिखाऊंगा। नहीं आपां छड्ड, ऑलरेडी वधिया, इतों वधिया बणन दी लोड़ नहीं, वधिया आपां नां नहीं लैणा इस चीज़ दा। चलो देव बाबू दी सत खरा बोल होई ना, आ सारा कुछ भुल जाऊ, ए मेरी आकड़ लाला, मेरी जिद लाला, जो कुछ मर्जी लाला, जिद्दे तेरे मुंह नूं लग गई ना ए देख ला, आपां ना कोई वीडियो लिखनी है ते ना बनाउणी है। ओ यार हुण तां फड़ लो ना, पैप दा इंतजाम करो ओए, पैप दा आपां सिद्धा पैप गले च पावांगे, ठीक है, ढिड नूं करांगे दो बार, ओने खिच। शर्म ना नहीं आउंदी? तू मुंह दी गल कीती है ना गुगु, ना करो ए नाल ऐड करके ना कल वाला जी जी हांजी जी जी थोनू जी। हाँ लोकां नूं ए किद्दां दी आ, ए कैमरे दे पिछे दी सच्चाई इहदी। हां जी जी, मैं आपियां वी दिखाओ, मैं तां थोनू बड़ी इज्जत चुस्त चला के बणदा, तू वी टिक्या रहे, अच्छा टिक्या रहे। इत्थे फ्लैशबैक पाओ जिहड़ा पुराना सीगा बिपलूपर दा। मैं वी ओही गल कह रहा, की कहंदे सी, मैं तां जी थोनू बड़ा इद्दां करदी, आ आ आ कर आ करदी हां देखो, मैं तां जी थोनू बहुत। हां तुसीं वी आ कैमरे दे अगे ऐ कहदी सी, ऐ कहदे उंगी चला दा बोला, देखो कैमरा फड़ी बैठा है, मैं तो कैमरा फड़ी बैठा। आलू यार सही नहीं, आलू तो खराब सवेर वाले।
ਮੇਰੇ ਚਲਣ ਹੋ ਜਾਂਦੀ ਆ ਮੈਂ ਤਾਂ ਉਹਨੇ ਮੈਚ ਨਹੀਂ ਸਹੀ ਕੀਤੇ ਸੀਗੇ ਗਿੱਲੇ ਗਿੱਲੇ ਕੀ ਰੋਲ ਵਧੇ ਲੱਗਦੇ ਚਲੋ ਸੁੱਕੇ ਸੁੱਕੇ ਆਲੂ ਚਾਹੀਦੇ ਆ ਕਿਵੇਂ ਹੋ ਗਏ ਯਾਰ ਵਾਹਿਗੁਰੂ 1 2 3 ਐਕਸ਼ਨ